मॉर्निंग असैम्बली उपस्थित सारे ही मेरे कार्योग स्टाफ मैंबर ते प्यारे बच्चे सारे नू गुड मॉर्निंग। जिमें कि प्रिंसीपल सर ने दस ही है कि मेरिया जड़िया इतों सेवावान ने अंबाले चलिया गई ने ते मेरी जी बदली है ट्रांसफर है वह गवर्नमेंट मॉडल संस्कृति मॉडल जिहड़ा सीनियर सैकेंडरी स्कूल है सर रामपुर सरसेड़ी इंग्लिश दे विच तां उहदा जदों हिंदी बनाउंदे तां सरसेड़ी ही बनता है तो हो सकता उहनूं उत्थे लोकल भाषा कुछ होर कहिंदे होणे जो स्पैलिंग ने उही दस्सदे रामपुर सरसेड़ी। तो बाकी मैं दो यही गल कहना चाहुंदा कि मैं जदों इत्थे आया सी ਉਹ ਇਹੀ ਸੋਚ ਕੇ ਆਏ ਸੀ। ਇੱਕ ਤਾਂ ਦੇਖੋ ਜੋ ਵੀ ਅਧਿਆਪਕ ਆਉਂਦਾ ਕਿਸੇ ਸਕੂਲ 'ਚ ਉਹ ਸਭ ਤੋਂ ਪਹਿਲਾਂ ਦੇਖਦਾ ਦੂਰੀ ਕਿ ਮੇਰੇ ਘਰ ਤੋਂ ਸਕੂਲ ਕਿੰਨਾ ਦੂਰ ਪੈਂਦਾ ਕਿੰਨਾ ਨੇੜੇ ਪੈਂਦਾ ਕਿਉਂਕਿ ਆਉਣਾ ਜਾਣਾ ਵੀ ਇੱਕ ਵੱਡੀ ਸਮੱਸਿਆ ਹੁੰਦੀ ਹੈ। ਪਰ ਦੂਰੀ ਦੇ ਨਾਲ ਨਾਲ ਮੇਰੇ ਲਈ ਇੱਥੇ ਇਹ ਵੀ ਸੀਗਾ ਕਿਉਂਕਿ ਮੈਂ ਇਸੇ ਬਲੋਕ ਦੇ ਵਿੱਚ ਮੇਰੀ ਜੁਆਇਨਿੰਗ ਹੈ ਜਿਹੜੀ ਮੇਰੀ ਸਰਵਿਸ ਆ ਉਹ ਇਸੇ ਬਲੋਕ ਦੀ ਆ ਮੈਂ ਇਸ ਬਲੋਕ ਤੋਂ ਬਾਹਰ ਹੀ ਨਹੀਂ ਗਿਆ। ਫਸਟ ਜਿਹੜੀ ਜੁਆਇਨਿੰਗ ਆ ਮੇਰੀ ਉਹ ਟਟਿਆਣਾ ਸਕੂਲ ਦੀ ਆ ਉਸ ਵੇਲੇ ਉਹ ਹਾਈ ਸਕੂਲ ਹੁੰਦਾ ਸੀ ਹੁਣ ਸੀਨੀਅਰ ਸੈਕੰਡਰੀ ਸਕੂਲ ਤਾਂ ਮੈਂ ਉੱਥੋਂ ਇੰਨਾ ਪਿਆਰ ਲਿਆ ਅਤੇ ਉੱਥੇ ਕੰਮ ਕੀਤਾ ਹੈ ਉਹ ਮੇਰੀ ਯਾਦ ਹੈ ਇਸ ਬਲੋਕ ਦੀ। ਉਸ ਤੋਂ ਬਾਅਦ ਮੈਂ ਐਵੇਂ ਜਿਵੇਂ ਹੁਣ ਜਾ ਰਿਹਾ ਉਹ 3 ਸਾਲ ਦੇ ਪਹਿਲੀ ਜਿਹੜੀ ਟਰਮ ਪੂਰੀ ਹੋਣ ਤੋਂ ਪਹਿਲਾਂ ਹੀ 3 ਸਾਲ ਜਦੋਂ ਮੇਰੇ ਪੂਰੇ ਹੋ ਗਏ ਫਿਰ ਮੈਂ ਗੌਰਮੈਂਟ ਆਪਣਾ ਜਿਹੜਾ GEE++ ਭੂਸਲਾ ਹੈ ਇਹ ਵੀ ਆਪਣੇ ਬਲੋਕ 'ਚ ਹੀ ਪੈਂਦਾ ਭੂਸਲਾ ਚਲਿਆ ਗਿਆ ਉੱਥੇ ਮੈਂ 5-6 ਸਾਲ ਲਾਏ ਅਤੇ ਉਸ ਤੋਂ ਬਾਅਦ ਫਿਰ ਇਹ ਆ ਗਿਆ ਵੀ ਟਰਾਂਸਫਰ ਡਰਾਈਵ 'ਚ ਹਿੱਸਾ ਲੈਣਾ ਪਿਆ ਅਤੇ ਫਿਰ ਮਾਡਲ ਸੰਸਕ੍ਰਿਤੀ ਦੇ ਵਿੱਚ ਆ ਗਏ ਕਿਉਂਕਿ ਉੱਥੇ ਸਾਡੀ ਦਿੱਕਤ ਆ ਗਈ ਸੀਗੀ ਹੋ ਸਕਦਾ ਦੂਰ ਸਟੇਸ਼ਨ ਮਿਲਦਾ ਤਾਂ ਮੈਨੇ ਚੀਕਾ ਆਪਟ ਕਰਿਆ ਕਿਉਂਕਿ ਮੇਰੀ ਤਮੰਨਾ ਸੀ ਕਿਉਂਕਿ ਮੈਂ ਇਹ ਇਸ ਕਰਕੇ ਵੀ ਸੀਗਾ ਇਕੱਲੀ ਦੂਰੀ ਕਰਕੇ ਨਹੀਂ ਸੀ ਮੈਂ ਇਸ ਕਰਕੇ ਵੀ ਆਪਟ ਕਰਿਆ ਕਿ ਕਿਉਂਕਿ ਮੈਂ ਜਿਹੜੇ ਸਕੂਲ 'ਚ ਪੜ੍ਹਿਆ ਉਹ ਮੈਨੂੰ ਇਹੋ ਜਿਹੇ ਸਕੂਲ ਮੈਂ ਇਹੋ ਜਿਹੇ ਸਕੂਲ 'ਚ ਪੜ੍ਹਿਆ ਹੋਇਆ ਮਤਲਬ ਕਿਸੇ ਪੱਖੋਂ ਵੀ ਇਹ ਤੋਂ ਵੱਖਰਾ ਨਹੀਂ ਸੀ ਉਹ ਸਕੂਲ ਸੰਗਰੂਰ ਜ਼ਿਲ੍ਹੇ ਦਾ ਜਿਹੜਾ ਸੀਨੀਅਰ ਸੈਕੰਡਰੀ ਸਕੂਲ ਉਹਨੂੰ ਵੈਸੇ ਰਾਜ ਹਾਈ ਸਕੂਲ ਕਹਿੰਦੇ ਸੀ ਮਤਲਬ ਜੀ ਰਾਜ ਹਾਈ ਸਕੂਲ ਮਤਲਬ ਸੰਗਰੂਰ ਦੇ ਜਿਹੜੇ ਮਸ਼ਹੂਰ ਸੰਗਰੂਰ ਦੇ ਕੀ ਮਤਲਬ ਨੇੜੇ ਤੇੜੇ ਦੇ ਜਿਹੜੇ ਮਤਲਬ ਜ਼ਿਲ੍ਹੇ ਦਾ ਹੀ ਸਕੂਲ ਉਹ ਮੇਨ ਸਕੂਲ ਆ ਤਾਂ ਉੱਥੇ ਮੈਨੇ ਪੜ੍ਹਾਈ ਕੀਤੀ ਅਤੇ ਉੱਥੇ ਸਿੱਖਿਆ ਹੈ ਅਤੇ ਤੁਹਾਡੀ ਤਰ੍ਹਾਂ ਹੀ ਆ ਮੈਨੂੰ ਮਤਲਬ ਕਿਉਂਕਿ ਮੈਂ ਕਰਿਆ ਅਤੇ ਮੇਰੇ ਹਰ ਸਟਾਫ ਮੈਂਬਰ ਨੇ ਉਹ ਪੂਰਾ ਮੇਰਾ ਸਾਥ ਦਿੱਤਾ ਹੈ। ਮੈਂ ਕਹਾਣੀਆਂ ਸੁਣਾ ਸੁਣਾ ਕੇ ਆਪਣੇ ਸਟਾਫ ਮੈਂਬਰਾਂ ਤੋਂ ਦੇਖੋ ਕੰਮ ਲਿਆ ਹੈ ਠੀਕ ਹੈ ਨਾ। ਕਈ ਵਾਰੀ ਇਹ ਵੀ ਸਿਚੁਏਸ਼ਨ ਆ ਜਾਂਦੀ ਆ ਵੀ ਕੰਮ ਦਾ ਬਰਡਨ ਵੱਧ ਜਾਂਦਾ ਗਾ ਠੀਕ ਹੈ ਨਾ। ਮੇਰਾ ਮੇਰੇ ਬੱਚੇ ਵੀ ਛੋਟੇ ਨੇ ਪਰ ਜਿਹੜੇ ਕਿਉਂਕਿ ਜੋ ਜੋ ਹੁੰਦੇ ਜਾਣਗੇ ਫਿਰ ਕਬੀਲਦਾਰੀਆਂ ਦਾ ਬੋਝ ਥੋੜ੍ਹਾ ਵੱਧਦਾ ਜਾਂਦਾ ਗਾ ਠੀਕ ਹੈ ਨਹੀਂ। ਲੇਡੀਜ਼ ਵਾਸਤੇ ਹੋਰ ਵੀ ਹੁੰਦਾ ਜੀ ਦੇਖੋ ਅਤੇ ਜੈਂਟਸ ਨੂੰ ਥੋੜ੍ਹਾ ਡਿਫਰੈਂਟ ਹੁੰਦਾ ਪਰ ਫਿਰ ਵੀ ਮੈਂ ਕਹਾਣੀਆਂ ਸੁਣਾ ਸੁਣਾ ਕੇ ਆਪਣੇ ਸਟਾਫ ਮੈਂਬਰਾਂ ਤੋਂ ਜਿੰਨੇ ਜਦੋਂ ਵੀ ਕਿਹਾ ਮੈਨੂੰ ਮਨ੍ਹਾ ਨਹੀਂ ਕੀਤਾ ਇਸ ਗੱਲ ਦਾ ਮੈਨੂੰ ਮਾਣ ਆ। ਮੈਂ ਸਾਰੇ ਹੀ ਸਟਾਫ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਜਿੱਥੋਂ ਤੱਕ ਦੂਸਰੀ ਗੱਲ ਆ DDO ਤੋਂ ਬਿਨਾਂ ਵੀ ਜਿਹੜੇ ਸਾਥੀ ਨੇ ਉਹਨਾਂ ਦਾ ਬਹੁਤ ਜ਼ਿਆਦਾ ਹੈ ਆ ਜਿੰਨੇ ਵੀ ਸਾਥੀ ਨੇ ਕੋਈ ਵੀ ਸਾਥੀ ਆ ਅਤੇ ਬਹੁਤ ਸਾਰੇ ਜਿਹੜੇ ਸਾਥੀ ਮੇਰੀ ਉਮਰ 'ਚ ਮੇਰੇ ਤੋਂ ਛੋਟੇ ਨੇ ਉਹ ਮੇਰੇ ਭਰਾਵਾਂ ਵਰਗੇ ਨੇ ਅਤੇ ਜਿਹੜੇ ਵੱਡੇ ਨੇ ਉਹ ਮੇਰੇ ਵੱਡਿਆਂ ਵਰਗੇ ਨੇ ਅਤੇ ਮੈਂ ਜਿੰਨਾ ਇੰਜੋਏ ਸਕੂਲ 'ਚ ਕੀਤਾ ਮੇਰੀ ਤਮੰਨਾ ਸੀ ਕਿ ਮੈਂ ਕਮ ਸੇ ਕਮ 3 ਸਾਲ ਤਾਂ ਮੇਰੇ ਇੱਥੇ ਲੰਘਣਗੇ ਮੈਨੂੰ ਉਮੀਦ ਨਹੀਂ ਸੀਗੀ ਕਿ 3 ਸਾਲ ਤੋਂ ਪਹਿਲਾਂ ਇੰਨਾ ਮੈਨੂੰ ਪਤਾ ਸੀਗਾ ਕਿ 5 ਸਾਲ ਮੈਂ ਇੱਥੇ ਨਹੀਂ ਰਹਿ ਸਕਦਾ 3 ਸਾਲ ਮੈਂ ਰਹੂੰਗਾ ਪਰ 3 ਸਾਲ ਤੋਂ ਪਹਿਲਾਂ ਸਿਚੁਏਸ਼ਨ ਇਸ ਤਰ੍ਹਾਂ ਦੀ ਬਣ ਗਈ ਕਿ ਮੈਨੂੰ ਇੱਥੋਂ ਜਾਣਾ। ਮੈਨੇ ਦੂਸਰੀ ਗੱਲ ਮੇਰੀ ਕੋਸ਼ਿਸ਼ ਕਰੀ ਆ ਪੜ੍ਹਾਉਣ ਵਾਲੇ ਮਾਮਲੇ 'ਚ ਵੀ ਜਦੋਂ ਆਪਣੇ ਕੋਲ SS ਦੇ DDO ਪਾਵਰ ਵੇਲੇ ਤਾਂ ਮੈਂ ਤੋਂ ਇੰਨਾ ਨਹੀਂ ਪੜ੍ਹਾਇਆ ਗਿਆ ਹਾਲਾਂਕਿ ਮੇਰੇ ਕੋਲ ਕਲਾਸਾਂ ਸੀਗੀਆਂ ਕਲਾਸ ਮਿਸ ਹੋ ਜਾਂਦੀ ਸੀ ਪਰ ਮੈਂ ਬੱਚਿਆਂ ਨੂੰ ਉਸ ਵੇਲੇ ਵੀ ਕਾਪੀਆਂ ਦੇਖਾਂ ਤਾਂ ਇੰਨਾ ਲਿਖਾਇਆ ਬੱਚਿਆਂ ਨੂੰ ਵੀ ਬੱਚੇ ਡੇਲੀ ਦਾ ਕੰਮ ਲਿਖਣਾ ਅਤੇ ਮੈਂ ਇੱਥੋਂ ਚੈੱਕ ਨਹੀਂ ਸੀ ਹੁੰਦਾ। ਹੁਣ ਮੇਰੇ ਕੋਲ SS ਹੈ ਮੈਂ ਆਲਮੋਸਟ ਅੱਧੇ ਤੋਂ ਵੱਧ ਜਿਹੜਾ ਸਿਲੇਬਸ ਆ ਉਹ ਖਤਮ ਕਰ ਚੁੱਕਿਆ SST ਦਾ। ਜਿਹੜੇ ਕੁਛ ਬੱਚੇ ਦੇਖੋ ਨਹੀਂ ਪੜ੍ਹ ਰਹੇ ਲਿਖਦੇ ਥੋੜ੍ਹਾ ਜਿਹਾ ਉਹਨਾਂ ਨੂੰ ਵੀ ਪ੍ਰੇਰਿਤ ਕਰਨਗੇ ਨਵੇਂ ਟੀਚਰ ਜਿਹੜੇ ਨੇ। ਪੋਲੀਟੀਕਲ ਸਾਇੰਸ ਦਾ ਅੱਧੇ ਤੋਂ ਵੱਧ ਸਿਲੇਬਸ ਲਗਭਗ ਅਸੀਂ ਸਮਾਪਤ ਕਰ ਚੁੱਕੇ ਹਾਂ। ਇਸ ਤਰ੍ਹਾਂ ਪੰਜਾਬੀ ਦਾ ਹੈਗਾ ਪੰਜਾਬੀ ਦਾ ਆਲਮੋਸਟ 18 ਸਿਲੇਬਸ ਇੱਕ ਚੈਪਟਰ ਰਹਿੰਦਾ ਹੋਊਗਾ ਸ਼ਾਇਦ 9ਵੀਂ ਦਾ ਤਾਂ ਅਤੇ 10ਵੀਂ ਦਾ ਇੱਕ ਚੈਪਟਰ ਰਹਿੰਦਾ ਅਤੇ ਪੜ੍ਹਾਉਣ ਵਾਲੇ ਮਾਮਲੇ 'ਚ ਵੀ ਅਸੀਂ ਕੋਈ ਕਸਰ ਨਹੀਂ ਛੱਡੀ ਵੀ ਬੱਚਿਆਂ ਦਾ ਭਲਾ ਹੋਵੇ।
बाकी बच्चों को भी मैं ये पहले तो टीचर साहबान को कहना, पर फिर भी बीइंग जो मैं डी डी ओ मेरे को चार्ज सगा उस वेले कई बार जो बंदा चेयर से बैठा हों उस वेले फिर कोई मैं तो तय दिल तो यह कहना भी जे किसी को कोई बुरा भला कई बार कहा जाता हों, मैं नहीं कहना कहा जाता हों, जो बंदा चेयर से हों कई बार टोकया टाकया भी जाना हों तो उसनु दिल तन लाओ अपना मेरे म प्रति मन के इस तरह की कोई चीज़ नहीं है। ये तो गल हैगी अध्यापक साहबान की, अध्यापक साहबाना वैसे मैं माफ़ी ना भी करा ता भी सारे मेरे अपने ने तो बड़े ने मेरे तो कई छोटे भी ने साथी, पर मैं एक जरूर कहना भी बच्चों के लिए बच्चे भी मैंने कुटे ने देखो प्लस टू वाले मैं चपड़े चपाड़े ला दूँगा सीगा एक बच्चे के लाते मैंने वो पता नहीं की हो गया वह पतंदर हिट चक लिया मैं तो बच गया वह शीशा तोड़ता कंप्यूटर बच गया तो वह कई बार इस तरह की हो गया बेटे क्यों गल ये क्यों ने क्योंकि ना अपना जो जीवन आ ना वह हो गया बच्चे मोबाइल ज्यादा देख लग गए वो इरीटेशन बढ़ जाती है फिर असी अपने दादा दादी ना तो समा बिताते नहीं ना अपने माँ बाप ना समा बिताने वो फिर की हो जाता इरीटेशन हो जाते फिर सानू बुरे लगते हैं सारे सारे तो वह समा असं मैं लगता अध्यापक एवं है ना। हाँ एक तो गल पले बन लो साडे अध्यापक सीगे मेरे कदे चपेड़े नहीं पाए स्कूल दे विच कदे भी मैं हमेशा हरमन प्यारा विद्यार्थी रहा आपके अध्यापकों का दो बारी मेरे चपेड़े पे या डंडे कह लो जो मैं प्रायमरी च पढ़ता सी एक बारी असी पतंग चढ़ाने के बारे लालच के मैं स्कूल चो भज्या जी साडा घर नेड़े सीगा मैं पतंग चढ़ाने पतंगों का मैं बहुत शौक सीगा तो मैडम ने साडे होंदे सीगे वो मैडम थोड़े भारी सी असी उन्होंने मोटे मैडम कहने होंदे सीगे भी मोटे मैडम ने बुला लिया वो कहने जी आ जाओ कहने बुला लिया मोटे मैडम ने बुला लिया कहते बुला लिया जी तो उन्होंने फिर यहाँ छंगया पहली बार मेरे कुट पई तो उधरों मुड़ के एक बार मेरे पैसे उई पै गई उई कि पै गई मैं कोई पेंटिंग ड्रैइंग कर रही इन्ना मस्त हो गया पता नहीं लग्या कि पीड़ लग्या होया मैं अपने साथी को कहा भी हूँ अपना कंप्लीट आ काम आप पानी पी के आने पानी पीन जान लगे जी सामने साढ़े पी टी सर से साढ़े तूफान उन्होंने तूफान कहते कबड्डी के बहुत तकड़े खिडारी से तूफान सर ने उन्होंने जी कुछ नहीं पूछा कहने चले किधरों बस चप्पड़ा थम मारे उ अच्छा कि पानी पीना सी आके उ बैठ गया अपनी पेंटिंग देखी गई भी यार वधिया बनिया ठीक है कि नहीं। तो जो मैं पी एच डी करता सीगा इतने एज ए रिसर्च स्कॉलर आया तो एक दिन वह रिटायर हो गए बुजुर्ग हो गए तो वह फिर की होया भी ना चले जा मैं भी उधरों आ रहा मैं ज्वाइन कर लिया इधर आ गया से उदों तो मैंने उन्होंने कहा माँ सर सत श्रीकाल जी कहने सत श्रीकाल माँ जी किमें आए वो कहने मेरे पोते का उरे कोई कम आ भी वो करके आया से माँ सर मैंने पछाणा तुम ने कहते ना जी तो महा जी मैं इतने रिसर्च स्कॉलर हाँ तुम मैं हूँ ही दसो की कम आ तो मैं कि वापस आ रहा घर पहले तो उन्हें कम वो कहने तू कौन महा जी भी मैं राज हाई उस वे साडे स्कूल राज हाई कहने से माँ जी मैं राज हाई स्कूल पढ़िया तुहाडे कोले कहने अच्छा तू रे की आ महा जी मैं रिसर्च स्कॉलर हाँ तो कहने भी अच्छा वो मेरे कहने घाटा देखी गया मैं कहने अच्छा महा चलाओ मतलब इन्नी खुशी हुई उन्होंने भी मेरे पढ़ाए हुए बच्चे देखो कितने पहुँच गए यूनिवर्सिटी पहुँच गए उस वे असी थोड़ी तरह असी कई बार एवं सोचते भी नहीं होंगे भी असं यूनिवर्सिटी पहुँचागे या उत्थे सी सी डिपार्टमेंट जिहड़ा यूनिवर्सिटी का बहुत टॉप का उत्थे मैं पढ़ाया तीन दो साल तो भी तुम इतने पढ़ा रहे हो कहने महा हाँ जी इतने पढ़ाए थोड़े पढ़े हुए हैं ठीक है ना। और बाद मैं पेंटिंग वगैरह तो छड़ती मेरा मतलब शौक रहा तो मैं ये कहना चाहना बेटे वो दो बंदे मैनू अज तक याद ने एक मेरे टीचर सीगे वो मैं हूँ लभ रहा कई टीचर उन्होंने पर चले गए अजक फेसबुक आ गई हूँ दोबारा उन्होंने कर रहे एक मेरे टीचर ये उन्होंने मैं मनीटर बना देना वो लीडर टाइप से घट ही पढ़ते स्कूल उन्होंने कहा गुरसेव तू तू मनीटर पंजाबी तेने पढ़ाने पंजाबी मैं पढ़ाई छे तो अठ तक पर मैं जो कहना सी काम कर लिया मैं कहना सी पुराने नहीं एक दिन मेरे पक्के दोस्त ने काम नहीं करया उहदा नाम सीगा दोस्त मुहम्मद मैं कहा जी दोस्त मुहम्मद ने नहीं करया वो कहने लिया इन्हू बुला उन्होंने फेंटता जी क्योंकि वो कहने मनीटर ने जिहड़ी गल कहती बस ठीक आ उन्होंने फेंटता जी तो वह बाद च मेरा नाराज हो गया अजक बहुत वधिया टेलर आ दोस्त मेरा तो उन्होंने मैं मिलया मैं कहा यार भी उदो मैं तेनों कटाया सी हैं वो कहना भी यार जे तैं वधिया कटाया सीगा कहना जे मैं वधिया पढ़ लैंदा तो हो सकता मैं भी तेरी तरह टीचर लग्या हुंदा भी पर उस वेले मैं समझिया नहीं तेरी गल मेरा कहने का भाव यह है बेटे भी जिहड़ा टीचर आ ना वो इन्ना तुहानू जे कोई घूरदा भी आ तां उह तुहाडी भलाई लई घूरदा उहदी रिस्पैक्ट करो तो फिर मैं भी तुहाडे तों कहना भाई जे किसी नूं गुस्सा लग्या हो मेरी गल का
ਭੂਰਿਆ ਗਿਆ ਹੋਵੇ ਤਾਂ ਉਹ ਬੱਚੇ ਮੈਨੂੰ ਯਾਦ ਰੱਖਿਓ ਤੇ ਜਦੋਂ ਵੀ ਮੇਰੀ ਕੋਈ ਹੈਲਪ ਦੀ ਲੋੜ ਪਵੇ ਮੈਂ ਆਪਣੇ ਸਾਰੇ ਸਟਾਫ ਨੂੰ ਵੀ ਜਦੋਂ ਮੈਨੂੰ ਤੁਸੀਂ ਬੁਲਾਓਗੇ ਮੈਂ ਨੰਗੇ ਪੈਰੀ ਭਜਾਊਂਗਾ ਤੇ ਬਹੁਤ ਬਹੁਤ ਧੰਨਵਾਦ ਤੇ ਇਸ ਬਲਾਕ ਦੇ ਵਿੱਚ ਮੈਂ ਜੇ ਮੇਰਾ ਬੱਸ ਚੱਲਦਾ ਤਾਂ ਫਿਰ ਮੈਂ ਇੱਥੇ ਪੂਰੇ ਆਪਣੇ ਜਿਹੜੇ ਕੰਮ ਸੇ ਕੰਮ ਕਿਉਂਕਿ ਰੂਲ ਦੇ ਅਕੋਰਡਿੰਗ ਆ ਤਾਂ ਮੈਂ 5 ਸਾਲ 3 ਸਾਲ ਪੂਰੀ ਕਰਦਾ। ਬਹੁਤ ਬਹੁਤ ਧੰਨਵਾਦ ਸਾਰੇ।